ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਕੀ ਹਾਲ ਚਾਲ ਆ ਸਾਰੇ ਵੀਰਾਂ ਦਾ? ਅੱਜ ਬਾਈ ਪਹੁੰਚੇ ਹੋਏ ਆਪਾਂ ਪਿੰਡ ਬੁਰਜਹਰੀ ਮਾਸਟਰ ਦੇ ਫਾਰਮ 'ਤੇ, ਅਤੇ ਅੱਜ ਤੁਹਾਨੂੰ ਜਿਹੜੀ ਜਾਣਕਾਰੀ ਦੇਣ ਲੱਗੇ ਹਾਂ ਉਹ ਹੈਗੀ ਆ ਆਪਾਂ ਹੈਟ ਅਤੇ ਲੰਬਾਈ ਕਿਵੇਂ ਚੈੱਕ ਕਰਨੀ ਆ, ਬੱਕਰਾ ਹੋਵੇ ਚਾਹੇ ਦੀ ਬੱਕਰੀ ਹੋਵੇ, ਜਦੋਂ ਵੀ ਆਪਾਂ ਕਿਤੇ ਫਾਰਮ ਦੇ ਵਿੱਚ ਲਾ ਲਓ ਜਾਂ ਮੰਡੀ ਤੋਂ ਲਾ ਲਓ, ਆਪਾਂ ਕੋਈ ਬੱਕਰਾ ਜਾਂ ਬੱਕਰੀ ਖਰੀਦਦੇ ਹਾਂ, ਆਪਾਂ ਨੂੰ ਕਿਹਾ ਜਾਂਦਾ ਵੀ ਇਹ 40 ਇੰਚ ਦੀ ਆ ਬੱਕਰੀ, 42 ਇੰਚ ਦੀ ਆ, ਅਤੇ ਬੱਕਰਾ 45-46 ਇੰਚ ਦਾ, ਜਾਂ ਇੱਦੂ ਜ਼ਿਆਦਾ ਵੀ ਹੋ ਸਕਦਾ ਅਤੇ ਇੱਦੂ ਘੱਟ ਵੀ ਆਪਾਂ ਉਹਦੀ ਹੈਟ ਆ ਜਾਂ ਲੰਬਾਈ ਆ ਉਹ ਕਿਵੇਂ ਚੈੱਕ ਕਰ ਸਕਦੇ ਹਾਂ, ਅਤੇ ਇਹਦੇ ਬਾਬਤ ਅੱਜ ਆਪਾਂ ਜਿਹੜੀ ਸਾਰੀ ਗੱਲਬਾਤ ਉਹ ਮਾਸਟਰ ਜੀ ਨਾਲ ਕਰਾਂਗੇ। ਮਾਸਟਰ ਦੇ ਫਾਰਮ ਦੇ ਵਿੱਚ ਖੜ੍ਹੇ ਹਾਂ, ਅਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਬੱਕਰਿਆਂ ਵਾਲੇ ਪੋਰਸ਼ਨ ਦੇ ਵਿੱਚ। ਬੱਕਰਿਆਂ ਦੀ ਲੰਬਾਈ ਅਤੇ ਹੈਟ ਉਹ ਅੱਜ ਮਾਸਟਰ ਜੀ ਦੇ ਜਿਹੜੇ ਫਾਰਮ ਦੇ ਵਿੱਚ ਬੱਕਰੇ ਹੈਗੇ ਆ ਉਹਨਾਂ ਦੀ ਚੈੱਕ ਕਰਾਂਗੇ, ਅਤੇ ਹੁਣ ਆਪਾਂ ਬੱਕਰਿਆਂ ਵਾਲੇ ਪੋਰਸ਼ਨ ਦੇ ਵਿੱਚ ਚੱਲਦੇ ਹਾਂ ਅਤੇ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਮਾਸਟਰ ਜੀ ਨਾਲ, ਅਤੇ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਵੀ ਬੱਕਰਿਆਂ ਦੀ ਜਿਹੜੀ ਹੈਟ ਆ ਅਤੇ ਲੰਬਾਈ ਆ ਉਹ ਕਿਵੇਂ ਚੈੱਕ ਕਰ ਸਕਦੇ ਹਾਂ, ਅਤੇ ਇਹ ਚੈੱਕ ਕਰਨੀ ਕਿੰਨੀ ਕੁ ਜ਼ਰੂਰੀ ਆ ਫਾਰਮ ਦੇ ਵਿੱਚ ਕਾਮਯਾਬ ਹੋਣ ਲਈ। ਸਤਿ ਸ਼੍ਰੀ ਅਕਾਲ ਮਾਸਟਰ ਜੀ, ਕੀ ਹਾਲ ਆ? ਬਹੁਤ ਵਧੀਆ ਸਰ, ਕਿਰਪਾ ਤੁਹਾਡੀ। ਅੰਦਰ ਹੀ ਖੜੇ ਹੋ ਹੈ ਫਾਰਮ ਦੇ? ਹਾਂ, ਅਸੀਂ ਤਾਂ ਫਿਰ ਅੱਜ ਤੁਹਾਨੂੰ ਪਤਾ ਅੱਜ ਚੱਲ ਜਿਹੜੇ ਟ੍ਰੇਨਿੰਗ ਟੂਰ ਆਏ ਦੁਬਾਰਾ ਆਪਾਂ ਪਤਾ ਅੱਜ ਨਾ। ਹਾਂਜੀ, ਹੋਰ ਪਹਿਲਾਂ ਤੁਹਾਡਾ ਪਹਿਲਾਂ ਸਵਾਗਤ ਕਰਦੇ ਆ ਪਹੁੰਚਣ ਤੇ ਜੀ, ਆਇਆਂ ਤੁਹਾਨੂੰ ਧੰਨਵਾਦ ਜੀ। ਅੱਜ ਜੀ ਆਪਾਂ ਬੱਕਰਿਆਂ ਦੀ ਹੈਟ ਤੇ ਲੰਬਾਈ ਚੈੱਕ ਕਰਨੀ ਸਿੱਖਾਂਗੇ ਵੀ ਉਹ ਕਿਵੇਂ ਕਰ ਸਕਦੇ ਆ ਆਪਾਂ, ਤੇ ਉਹਦੇ ਲਈ ਜਿਹੜਾ ਫੀਤਾ ਯੂਜ ਕਰਨਾ ਉਹ ਕਿਹੜਾ ਹੁੰਦਾ ਗਾ, ਆਪਾਂ ਅਹੀਆਂ ਗੱਲਾਂ ਬਾਤਾਂ ਅੱਜ ਵੀਡੀਓ ਦੇ ਵਿੱਚ ਕਰਾਂਗੇ, ਤੇ ਇਹਦੇ ਬਾਰੇ ਵੀ ਦੱਸਿਓ ਵੀ ਇਹ ਹੈਟ ਆ ਜਿਹੜੀ ਕਿਵੇਂ ਚੈੱਕ ਕਰਨੀ ਆ ਤੇ ਕਿੰਨੀ ਕੁ ਜ਼ਰੂਰੀ ਆ ਇਹ ਚੈੱਕ ਕਰਨੀ। ਤੇ ਕਹਿੰਦਾ ਭਾਵ ਕਿ ਆਪਾਂ ਗੱਲ ਕਰਦੇ ਸੀਗੇ ਵੀ ਇਹ ਟੋਪ ਤੁਹਾਡਾ ਬਹੁਤ ਵਧੀਆ ਚੋਣ ਕੀਤੀ ਆ ਤੁਸੀਂ, ਕਿਉਂਕਿ ਇਹਦੇ ਵਿੱਚ ਕੀ ਆ ਮੇਰੇ ਨਾਲ ਵੀ ਮੈਂ ਹੁਣ 7-8 ਸਾਲ ਤੋਂ ਕਿਤੇ ਦੇ ਨਾਲ ਜੁੜਿਆ ਹੋਇਆ ਹੈਗਾ ਨਾ, ਤੇ ਜਦੋਂ ਮੈਨੂੰ ਕੋਈ ਵੀਰ ਕਹਿੰਦਾ ਸੀ ਕਈ ਵਾਰ ਵੀ ਸਾਡੇ ਕੋਲ ਜੀ ਬੱਕਰੇ ਖੜੇ ਨੇਗੇ ਹਨਾ, ਵਧੀਆ ਖੱਸੀ ਬੱਕਰੇ ਕਹਿੰਦਾ ਸੀ ਜਾਂ ਕੋਈ ਬਰੀਡਰ ਕਹਿੰਦਾ ਸੀਗਾ ਸਾਡੇ ਕੋਲ ਖੜੇ ਨੇ, ਅਸੀਂ ਵੀ ਆਪਦੇ ਖਾਤਰ ਵੀ ਲੈਣੇ ਹੁੰਦੇ ਸੀਗੇ ਤੇ ਆਪਾਂ ਕਈ ਵਾਰ ਕਿਸੇ ਨੂੰ ਫਾਰਮਰਾਂ ਨੂੰ ਦੇਣੇ ਹੁੰਦੇ ਸੀਗੇ, ਠੀਕ ਹੈ, ਤਾਂ ਉੱਥੇ ਸਮੱਸਿਆ ਕੀ ਆ ਜਾਂਦੀ ਸੀਗੀ ਜਦੋਂ ਜਾਂਦੇ ਸੀਗੇ ਅਗਲਾ ਫੋਨ ਤੇ ਕਹਿੰਦਾ ਸੀ ਬਾਈ ਜੀ ਫੀਤਾ ਲਾ ਕੇ ਵੀ ਸਾਡਾ ਬੱਕਰਾ ਜੀ 42-43 ਇੰਚ ਆ ਹਨਾ, ਦੱਸ ਹੁੰਦਾ ਸੀਗਾ, ਦੱਸ ਦਿੰਦਾ ਸੀ, ਅਸੀਂ ਮਤਲਬ 100 ਕਿਲੋਮੀਟਰ 150-200 ਕਿਲੋਮੀਟਰ ਵੀ ਵਗ ਜਾਂਦੇ ਸੀ ਕਈ ਵਾਰ ਦੇਖਣ ਦੇ ਮਾਰੇ ਵੀ ਆਪਾਂ ਚੰਗੀ ਚੀਜ਼ ਮਿਲਦੀ ਹੈ ਨਾ, ਤੇ ਜਦੋਂ ਜਾ ਕੇ ਉੱਥੇ ਫੀਤਾ ਮਾਰਦੇ ਸੀਗੇ ਉੱਥੇ ਜਾ ਕੇ ਜਿਹੜਾ ਮਤਲਬ 42-43-44 ਆਉਂਦਾ ਕਈ ਵਾਰ ਉਹ 41-40 ਰਹਿ ਜਾਂਦਾ ਸੀਗਾ, ਠੀਕ ਹੈ, 2-2.5 ਇੰਚ ਉੱਡ ਜਾਂਦਾ ਸੀਗਾ, ਠੀਕ ਹੈ। ਹੁਣ ਉਹਦਾ ਉੱਡਣ ਦਾ ਕਾਰਨ ਕੀ ਸੀਗਾ? ਇੱਕ ਤਾਂ ਮਤਲਬ ਜਾਣਕਾਰੀ ਦੀ ਘਾਟ, ਕਿਉਂਕਿ ਜਿਹੜੇ ਮੇਰੇ ਵੀਰ ਨਵੇਂ ਬੰਦੇ ਨੇਗੇ ਜਾਂ ਕਿਸੇ ਨੂੰ ਨਹੀਂ ਜਾਣਕਾਰੀ ਦੇ ਬਾਰੇ ਮਿਲਣ ਬਾਰੇ ਪ੍ਰੋਪਰ, ਤਾਂ ਉੱਥੇ ਬਹੁਤ ਫਰਕ ਪੈਂਦਾ ਗਾ, ਠੀਕ ਹੈ। ਜਿਹੜਾ ਫੀਤਾ ਆਪਾਂ ਮਾਰ ਦਾਂਗੇ ਉਹਦਾ ਫਰਕ ਬਹੁਤ ਜ਼ਿਆਦਾ ਆ, ਜਿਹੜਾ ਅਣਜਾਣ ਬੰਦਾ ਫੀਤਾ ਮਾਰੂਗਾ ਦਿਨ ਰਾਤ ਦਾ ਫਰਕ, ਠੀਕ ਹੈ, ਠੀਕ ਆ। ਇਸ ਕਰਕੇ ਪਹਿਲੀ ਗੱਲ ਤਾਂ ਫੀਤੇ ਦੀ ਮੈਂ ਗੱਲ ਕਰਾਂ ਜੀ, ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਫੀਤਾ ਤੁਹਾਡੇ ਕੋਲ ਬੇਨਤੀ ਦੇ ਲਈ ਇਹ ਹੋਣਾ ਚਾਹੀਦਾ ਸਹੀ ਮੇਜਰਮੈਂਟ ਆ, ਜਿਹੜੀ ਮਿਸਤਰੀਆਂ ਕੋਲ, ਜਿਹੜੇ ਲੱਕੜਾਂ ਦੇ ਮਿਸਤਰੀਆਂ ਕੋਲ ਹੁੰਦਾ, ਠੀਕ ਹੈ, ਲੱਕੜਾਂ ਸੂਤਾਂ ਦੇ ਵਿੱਚ ਮਿਲਣੀ ਹੁੰਦੀ ਹੈ, ਜੇ ਬੜਾ ਆ ਵੀ ਬੜਾ ਹੀ ਫਰਕ ਪੈ ਜੇ ਤਾਂ ਉਹ ਤਾਂ ਬਹੁਤ ਵੱਡਾ ਗੇਟ ਲਾਉਣਾ 4-4 ਫੁੱਟ ਦਾ, ਤੇ ਉਹਦਾ ਮਨ ਕਿ 2-2 ਇੰਚ ਵੱਧ ਘੱਟ ਕਰਨ ਲੱਗੇ ਤਾਂ ਵੱਧ ਕੰਮ ਹੋ ਗਿਆ, ਠੀਕ ਹੈ, ਠੀਕ ਹੈ ਨਾ, ਤਾਂ ਉਹਨਾਂ ਦੀ ਜਿਹੜੀ ਮੇਜਰਮੈਂਟ ਆ ਸਹੀ ਹੁੰਦੀ ਹੈ, ਸਹੀ ਹੁੰਦਾ ਇਹ ਫੀਤਾ, ਇਹ ਫੀਤਾ ਗਾ ਹਾਈਟ ਤੇ ਲੰਬਾਈ, ਹਾਈਟ ਤੇ ਲੰਬਾਈ ਮਿਲਣ ਲਈ ਇੱਕ ਫੀਤਾ ਆਉਂਦਾ ਆਪਣੇ ਕੋਲੇ ਟੇਲਰ ਮਾਸਟਰਾਂ ਕੋਲੇ ਹੁੰਦਾ, ਕੱਪੜੇ ਮਿਲਣ ਵਾਲਾ ਹੁੰਦਾ, ਲੇਡੀਜ਼ ਕੋਲੇ ਕਹਿ ਲਓ ਜਾਂ ਕੱਪੜੇ ਟੇਲਰ ਮਾਸਟਰਾਂ ਕੋਲੇ ਹੁੰਦਾ, ਠੀਕ ਹੈ, ਉਹ ਫੀਤਾ ਹੁੰਦਾ ਗਾ ਉਹਦੇ ਨਾਲ ਮੇਜਰਮੈਂਟ ਦੇ ਦਿਨ ਰਾਤ ਦਾ ਫਰਕ, ਠੀਕ ਹੈ, ਉਹ ਤੁਹਾਨੂੰ ਵੱਧ ਦੱਸੂਗਾ, ਉਹ ਵੱਧ ਦੱਸਦਾ, ਵੱਧ ਦੱਸਦਾ ਗਾ, ਤੇ ਇਹ ਘੱਟ ਇਹ ਮਤਲਬ ਸਹੀ ਦੱਸੂਗਾ, ਠੀਕ ਹੈ, ਵੀ ਮੈਂ ਜੋ ਵੀ ਜਦੋਂ ਵੀ ਕਿਸੇ ਵੀਰ ਨੇ ਮੇਰੇ ਨੇ ਫੀਤਾ ਲਾਉਣਾਗਾ ਤਾਂ ਉਹਦੇ ਕੋਲੇ ਆਹ ਮੇਜਰਮੈਂਟ ਨਾਲ ਫੀਤਾ ਲਾਉਣਾ ਚਾਹੀਦਾ, ਠੀਕ ਹੈ, ਸਭ ਤੋਂ ਬੈਸਟ ਤਰੀਕਾ ਤੇ ਸਭ ਸਹੀ ਤਰੀਕਾ, ਕਿਵੇਂ ਲਾਉਣਾ, ਉਚਾਈ ਕਿਵੇਂ ਮਿਲਣੀ ਆ, ਲੰਬਾਈ ਕਿਵੇਂ ਮਿਲਣੀ ਆ, ਕਿਉਂਕਿ ਲੰਬਾਈ ਉਚਾਈ ਦਾ ਬਹੁਤ ਵੱਡਾ ਰੋਲ ਆ,
ਹੁਣ ਤੁਸੀਂ ਕਹੋ ਵੀ ਲੰਬਾਈ ਦੀ ਲੋੜ ਕਿੱਥੇ ਪੈਂਦੀ ਹੈ? ਹਾਂ ਵਿੱਚ ਆਪਾਂ ਕਹਿ ਕੱਲੀ ਹਾਈਟ ਹੀ ਕਹਿ ਦਿੰਦਾ ਅਗਲਾ, ਹਾਈਟ ਹੀ ਕਹਿ ਦਿੰਦਾ। ਹੁਣ ਇਹ ਪਤਾ ਕੀ ਗੱਲ, ਜੇ ਤਾਂ ਤੁਸੀਂ ਬਰੀਡ ਤੇ ਕੰਮ ਕਰਦੇ ਹੋ, ਦੁੱਧ ਤੇ ਕੰਮ ਕਰਦੇ ਆਪਾਂ, ਫਰਜ਼ ਕਰੋ ਦੁੱਧ ਦੁੱਧ ਦੇ ਉੱਤੇ ਕੰਮ ਕਰਨਾ ਕਿਸੇ ਵੀਰ ਨੇ, ਉੱਥੇ ਉਹਨੂੰ ਕੋਈ ਵਾਲੀ ਲਵਾਈ ਦੀ ਲੋੜ ਨਹੀਂ, ਉਚਾਈ ਦੀ ਲੋੜ ਨਹੀਂ, ਉਹਦਾ ਇਕੱਲਾ ਦੁੱਧ ਦੁੱਧ ਚਾਹੀਦਾ ਉਹਨੂੰ, ਦੁੱਧ ਚਾਹੀਦਾ, ਦੁੱਧ ਚਾਹੀਦਾ ਉਹਨੇ ਤੇ ਬੱਚੇ ਪਾਲ ਲਿਆ ਤੇ ਅੱਗੇ ਉਹਨੇ ਦੁੱਧ ਤੇ ਵੇਚ ਕੇ ਉਹਨੇ ਪੈਸਾ ਕਮਾਉਣਾ ਗਾ, ਠੀਕ ਹੈ, ਪ੍ਰੋਫਿਟ ਲੈਣਾ ਗਾ। ਪਰ ਜੇਕਰ ਤੁਸੀਂ ਸਿਸਟਮ ਕੋਈ ਅਲੱਗ ਆ ਤੁਹਾਡਾ, ਫਰਜ਼ ਕਰੋ ਤੁਸੀਂ ਖੱਸੀ ਬੱਕਰੀ ਤਿਆਰ ਕਰਨੇ ਆ, ਠੀਕ ਹੈ, ਖੱਸੀ ਬੱਕਰੀ ਤਿਆਰ ਕਰਨੇ ਆਪਾਂ, ਤੁਹਾਨੂੰ ਐਂ ਵੀ ਮੈਂ ਵਰਲਡ ਰਿਕਾਰਡ ਬਣਾਵਾਂ ਜਾਂ ਇੰਡੀਆ ਦੇ ਲੈਵਲ 'ਤੇ ਰਿਕਾਰਡ ਬਣਾਵਾਂ ਜਾਂ ਡਿਸਟ੍ਰਿਕਟ ਲੈਵਲ 'ਤੇ ਰਿਕਾਰਡ ਬਣਾਵਾਂ ਵੀ ਮੈਂ ਵੇਟ ਸਭ ਤੋਂ ਵੱਧ ਲਵਾਂ ਉਹਦਾ ਬੱਕਰੇ ਦਾ, ਤਾਂ ਉਹ ਲਿੱਤ ਕਿਵੇਂ ਜਾਊਗਾ? ਜੇਕਰ ਉਹਦੀ ਲੰਬਾਈ ਚੰਗੀ ਹੋਊਗੀ ਅਤੇ ਉਹਦੀ ਉਚਾਈ ਚੰਗੀ। ਹਾਂ ਜਾਂ ਮੰਨ ਕੇ ਚਲੋ ਆਪਾਂ ਸੌਂਕ ਤੇ ਕੰਮ ਕਰਨਾ ਵੀ ਵੱਡੀਆਂ ਬੱਕਰੀਆਂ ਵੱਡੇ ਹਾਈਟ ਦੇ ਬੱਕਰੇ, ਮੇਰਾ ਕੰਮ ਉਹੀ ਹੈ ਵੀ ਉੱਥੇ ਆਪਾਂ ਦੁੱਧ ਨਹੀਂ ਦੇਖਣਾ ਉਹਨਾਂ ਦਾ, ਆਪਾਂ ਦੇਖਣਾ ਉੱਥੇ ਤਾਂ ਮੇਨ ਵੀ ਹਾਈਟ ਕਿੰਨੀ ਆ, ਲੰਬਾਈ ਕਿੰਨੀ ਆ। ਹੁਣ ਜੇ ਖੱਸੀ ਬੱਕਰਾ ਕਰਨਾ ਉਹਦੀ ਲੰਬਾਈ ਵਧੀਆ ਹੋਊਗੀ ਤੇ ਉਹਦੀ ਉਚਾਈ ਹੋਊਗੀ ਤਾਂ ਉਹ ਵੇਟ ਵੀ ਚੱਕੂਗਾ, ਫਿਰ ਉਹ ਡਬਲ ਹੱਡੀ ਦਾ ਹੋਣਾ ਚਾਹੀਦਾ, ਸਿੰਗਲ ਦਾ ਵੇਟ ਨਹੀਂ ਚੱਕਦਾ। ਅੱਛਾ, ਹਾਂ ਉਹਨਾਂ ਵੇਟ ਨਹੀਂ ਚੱਕਦਾ ਉਹ, ਜੇ ਲੱਤਾਂ ਕਮਜ਼ੋਰ ਹੋਣ ਤੇ ਫਰਜ਼ ਕਰੋ ਲੱਤਾਂ ਐ ਅੰਦਰ ਇੰਨਾ ਖੁੱਲਾ ਹੋ ਕਿਤੇ ਉਹ ਇੰਨਾ ਚੌੜਾ, ਉਹਦੀ ਜੇਕਰ ਉੱਪਰੋਂ ਗਰੋ ਕਰ ਲਈ ਉਹਦੀ ਜਾਨ ਬਹੁਤ ਜ਼ਿਆਦਾ ਆ, ਥੋੜੀ ਲੱਤਾਂ ਚ ਉਹਦੀ ਗੱਲ ਕਰਦੇ ਆ, ਉਹ ਕੀ ਆ, ਇਸ ਕਰਕੇ ਜਿੰਨਾ ਤੁਹਾਡਾ ਮਤਲਬ ਥੱਲੋ ਪੈਰ ਖੁੱਲੇ ਹੋਣਗੇ, ਡੀਲ ਖੁੱਲੀ ਹੋਊਗੀ, ਓਨਾ ਹੀ ਤੁਹਾਡਾ ਵੇਟ ਆ ਬੱਕਰਾ ਚੱਕੂਗਾ ਚੱਕੂਗਾ। ਹਾਂ ਠੀਕ ਹੈ, ਤੇ ਉਹ ਇਸ ਕਰਕੇ ਉਹ ਮਤਲਬ ਖੱਸੀ ਬੱਕਰਿਆਂ ਦੇ ਵਿੱਚ ਜੇ ਪਾਲਣੇ ਆਪਾਂ ਤਾਂ ਲਵਾਈ ਉਚਾਈ ਦਾ ਬਹੁਤ ਵੱਡਾ ਰੋਲ ਆ। ਠੀਕ ਹੈ, ਜੇ ਕੋਈ ਖੱਸੀ ਬੱਕਰਿਆਂ ਦੇ ਕੰਮ ਕਰਨਾ, ਕੰਮ ਕਰਦਾ ਗਾ, ਹਾਂ ਜੇ ਖੱਸੀ ਬੱਕਰੇ ਕੰਮ ਕਰਦਾ ਤਾਂ ਉੱਥੇ ਜਿਹੜਾ ਰੋਲ ਹੈਗਾ ਉਹਦਾ ਹਾਈਟ ਤੇ ਲੰਬਾਈ ਦਾ ਬਹੁਤ ਵੱਡਾ ਗਾ। ਠੀਕ ਹੈ, ਮੇਨ ਮਕਸਦ ਤੇ ਉਦੋਂ ਬਾਅਦ ਉਹਦਾ ਮਤਲਬ ਜਿਹੜਾ ਸਰੀਰ ਹੈਗਾ ਉਹ ਖੁੱਲਾ ਡੁੱਲਾ ਜਾਨਵਰ ਦਾ ਹੋਣਾ ਚਾਹੀਦਾ ਗਾ, ਅੰਗਾਂ ਪੈਰਾਂ ਦਾ ਖੁੱਲਾ ਹੋਵੇਗਾ ਤਾਂ ਹੀ ਉਹ ਵੇਟ ਚੱਕੇਗਾ। ਠੀਕ ਹੈ, ਇਹ ਮੇਨ ਮਕਸਦ ਹੈ ਇਹ ਨੇ। ਤੇ ਹੁਣ ਆਪਾਂ ਤੁਹਾਨੂੰ ਜਿਹੜੀ ਲਵਾਈ ਹੈਗੀ ਉਚਾਈ ਹੈਗੀ ਉਹ ਮਿਣ ਕੇ ਦੱਸ ਦੇਵਾਂਗੇ। ਠੀਕ ਹੈ, ਠੀਕ ਹੈ, ਕਿਹੜੇ ਬੱਕਰੇ ਦੀ ਮਿਣਾਂਗੇ ਜੀ ਆਪਾਂ? ਆਹ ਦੋ ਮਿਣਨੇ ਆ, ਸਾਰੀ ਦੋ ਤਿੰਨ ਮੇ ਬੱਕਰੇ ਮਿਣਾਂਗੇ ਆਪਾਂ। ਹਾਂ ਦੋ ਤਿੰਨ, ਆਪਾਂ ਆਪਣਾ ਮੇਨ ਮਕਸਦ ਕੋਈ ਨਹੀਂ ਵੀ ਆਪਾਂ ਹਾਈਟ ਦਿਖਾਉਣੀ ਆ, ਆਪਣਾ ਮੇਨ ਮਕਸਦ ਹੈ ਮਿਣਨਾ ਕਿਵੇਂ ਆ, ਮਿਣਨਾ ਕਿਵੇਂ, ਮਿਣਨਾ ਕਿਵੇਂ ਆ। ਸਹੀ ਗੱਲ, ਆਪਣੀ ਮੇਨ ਮਕਸਦ ਇਹ ਹੈ ਵੀ ਮਿਣਨਾ ਕਿਵੇਂ ਆ, ਜਿਵੇਂ ਹੁਣ ਆ ਲਿਆਂਦਾ ਬੱਕਰਾ ਇਹਨਾਂ ਨੇ ਤੇ ਆ ਦੇਖੋ ਇਹ ਬੱਕਰਾ ਹੈਗਾ, ਆਪਾਂ ਇਹਨੂੰ ਮਿਣਨਾ ਕਿਵੇਂ ਆ। ਠੀਕ ਹੈ, ਵੀ ਜਿਵੇਂ ਆਪਾਂ ਕੱਪੜਾ ਮਿਣਦੇ ਹੁੰਦੇ ਆ, ਤਰੀਕਾ ਆਉਂਦਾ ਮਿਣਨ ਦਾ ਨਾ, ਤਾਂ ਉਵੇਂ ਜਿਹੀ ਲਵਾਈ ਕਿਵੇਂ ਮਿਣਨੀ ਆ। ਹੁਣ ਲਵਾਈ ਦੀ ਗੱਲ ਕਰਦੇ ਸਭ ਤੋਂ ਪਹਿਲਾਂ, ਹੁਣ ਲਵਾਈ ਦੇ ਵਿੱਚ ਕੀ ਹੁੰਦਾ ਗਾ, ਜਿਹੜਾ ਸੈਂਟਰ ਆਉਂਦਾ ਬੱਕਰੇ ਦਾ ਸਿੰਗਾਂ ਦਾ, ਆਹ ਦੇਖੋ ਆਹ ਸਿੰਗ ਸ਼ੁਰੂ ਹੋ ਗਿਆ ਇੱਥੋਂ, ਠੀਕ ਹੈ, ਇਧਰੋਂ ਇੱਥੋਂ ਸ਼ੁਰੂ ਹੋ ਗਿਆ, ਇਹਦਾ ਜਿਹੜਾ ਪਚਾਲਾ ਇਹਨੂੰ ਇੱਥੋਂ ਜਦੋਂ ਆਪਾਂ ਲਾਵਾਂਗੇ ਆ ਪਚਾਲਾ ਕਹਿੰਦਾ, ਇੱਥੇ ਆ ਸੈਂਟਰ ਆ ਗਿਆ, ਠੀਕ ਹੈ, ਇੱਥੇ ਵੀ ਤਾਂ ਲੱਗੂਗਾ, ਇੱਥੇ ਲੱਗੂ ਪਚਾਲੇ, ਇੱਥੇ ਸੈਂਟਰ ਆ ਗਿਆ, ਠੀਕ ਹੈ, ਇੱਥੋਂ ਸਿੰਗ ਆ, ਠੀਕ ਹੈ, ਇੱਥੋਂ ਵੀ ਤਾਂ ਲਾ ਕੇ ਬਿਲਕੁਲ ਸਿੱਧਾ ਆਪਾਂ ਐ ਜਾਵਾਂਗੇ ਇੱਥੇ ਤੱਕ ਜਿੱਥੋਂ ਪੂ ਸ਼ੁਰੂ ਹੁੰਦੀ ਆ, ਇੱਥੇ ਤੱਕ ਮਿਹਨਤੀ ਹੋਊਗੀ, ਇੱਥੇ ਤੱਕ ਹੀ ਹੋਊਗੀ, ਇੱਥੇ ਤੱਕ ਜੇ ਕੀ ਕਈ ਵਾਰ ਮੇਰੇ ਵੀਰ ਕੀ ਕਰਦੇ ਆਗੇ ਉਹ ਵਿੱਚ ਪੂਸ ਨੂੰ ਮਿਣ ਲੈਂਦੇ ਆ। ਠੀਕ ਹੈ, ਤੇ ਮਤਲਬ ਇਹਦੀ ਇਹਦੀ ਮੇਜਰਮੈਂਟ ਜੇ ਪੂਸ ਆਹ ਮਿਲਦੇ ਆ ਇਹ ਆਪਾਂ ਮਿਲਣੀ। ਠੀਕ ਹੈ, ਹੁਣ ਦੇਖੋ ਤੁਸੀਂ ਮੰਨ ਕੇ ਚੱਲੋ ਵੀ ਇਹ ਘੱਟੋ ਘੱਟ 9-10 ਇੰਚ ਦੀ ਪੂਸ ਆ, 9-10 ਇੰਚ ਦੀ ਪੂਸ ਵਿੱਚ ਆ ਜੂ ਨਹੀਂ ਦੀ ਲੰਬਾਈ ਮਿਲ ਲੈਂਦੇ ਆ। ਠੀਕ ਹੈ, ਤਾਂ ਉੱਥੇ ਵੀ ਅਗਰ ਆਪਣੇ ਵਰਗਾ ਭੱਜਿਆ ਜਾਂਦਾ, ਹਾਂ ਵੀ ਆਪਾਂ ਕਹਿੰਦੇ ਨਾ ਬਾਈ ਕਿੰਨੀ ਲੰਬਾਈ ਆ, ਕੋਈ ਕਹਿੰਦਾ 65 ਇੰਚ ਆ ਬਾਈ, ਕੋਈ ਕਹਿੰਦਾ 60 ਇੰਚ ਆ, ਕੋਈ 60 ਇੰਚ, ਪਰ ਪੂਸ ਵਿੱਚ ਮਿੰਤੀ ਆਪਾਂ ਨੂੰ ਕੀ ਪਤਾ ਲੱਗੂਦਾ। ਸਹੀ ਗੱਲ ਆ, ਤੇ ਜਦੋਂ ਜਾਂਦੇ ਆ ਉਹ 10 ਇੰਚ ਵਿੱਚੋਂ ਘੱਟ ਜਾਂਦੀ ਆ, ਉਹੀ 45 ਬੈਲੀ ਤੇ ਬੱਕਰੀ ਰਹਿ ਜਾਂਦੀ ਆ, ਤੇ ਬੱਕਰਾ ਰਹਿ ਜਾਂਦਾ, ਤਾਂ ਉਹ ਵੱਡੀ ਸਮੱਸਿਆ ਹੈ। ਤਾਂ ਇਹ ਚੋਂ ਆਪਾਂ ਅੱਜ ਕੱਢਣੇ ਆ ਵੀਰ, ਇਹ ਆਪਾਂ ਅੱਜ ਪਾਣੀ ਦਾ ਪਾਣੀ ਦੁੱਧ ਕਰ ਦਾਂਗੇ ਜੀ। ਠੀਕ ਹੈ, ਇਹ ਛੋਟੇ ਨਾਲ ਕਿਤੇ ਹੋਇਆ ਹੈ ਲੰਬਾਈ ਕਹਿਤੀ ਹੋ ਵਿਆਹ ਲੈਣ ਤੁਸੀਂ ਬਾਕੀ ਬਹੁਤ ਵਾਰੀ ਹੁੰਦਾ ਜੀ। ਅੱਛਾ, ਜਦੋਂ ਆਪਾਂ ਕੋਈ ਚੀਜ਼ ਲੈਵਾਂਗੇ ਹੋਊਗਾ, ਕਿਉਂਕਿ ਜਦੋਂ ਹੁਣ ਤੁਸੀਂ ਲਾ ਲਓ ਵਿੱਚ ਪੂਸ ਮਿੰਤੀ ਤਾਂ ਪੰਗਾ ਪੈ ਗਿਆ ਨਾ। ਪਰ ਜਦੋਂ ਤੁਸੀਂ ਜਾ ਕੇ ਉੱਥੇ ਮਿਣਦੇ ਹੋ ਫਿਰ ਤੁਹਾਨੂੰ ਕਹਿੰਦੇ ਤਾਂ ਹੋਣਗੇ ਵੀ ਸਾਡਾ ਬੱਕਰਾ ਤਾਂ ਇੰਨਾ ਤੁਸੀਂ ਘਟਾਤਾ। ਉਹ ਹਾਂ ਫਿਰ ਉਹ ਕਹਿੰਦੇ, ਉਹ ਕਹਿੰਦੇ ਬਾਈ ਜੀ ਤੁਸੀਂ ਪੂਸ ਮਿੰਤੀ ਵਿੱਚ, ਹੁਣ ਫਿਰ ਉਹ ਕਹਿੰਦੇ ਬਾਈ ਸਾਨੂੰ ਪਤਾ ਨਹੀਂ ਸੀ, ਫਿਰ ਆਪਾਂ ਅਣਜਾਣ ਬੰਦੇ ਨੂੰ ਕੀ ਕਹੀਏ। ਠੀਕ ਹੈ, ਸਮਝ ਗਏ, ਆਪਣਾ ਮੇਨ ਮਕਸਦ ਆ ਵੀ ਆਪਾਂ ਦੱਸਣਾਗਾ ਵੀਰੇ ਵੀਰਾਂ ਨੂੰ ਜਿਹਨੇ ਕਿਸੇ ਨੇ ਕੋਈ ਜਾਨਵਰ ਲੈਣਾ ਉਹਨੇ ਲਵਾਈ ਕਿਵੇਂ ਮਿਲਣੀ ਆ। ਆਹ ਲਾਓ ਜੀ ਪਹਿਲਾਂ ਇਹ ਇੱਥੇ ਲਾ ਗਿਆ ਫੀਤਾ ਜੀ,
ਠੀਕ ਆ, ਲੱਗ ਗਿਆ ਸੈਂਟਰ ਦੇਖੋ ਬਿਲਕੁਲ ਵਿਚਾਲੇ ਠੀਕ ਹੈ ਲੱਗ ਗਿਆ। ਹੁਣ ਇਹਨੂੰ ਆਪਾਂ ਜਿਵੇਂ ਲਵਾਈ ਮਿਲਾਂਗੇ ਉਵੇਂ ਨੂੰ ਉਵੇਂ ਪਿੱਤਾ ਪਿੱਛੇ ਨੂੰ ਲੈ ਜਾਂਗੇ ਠੀਕ ਹੈ। ਇਹ ਆ ਗਈ, ਇਹ ਇੱਥੇ ਇੱਥੇ ਫੜਿਓ ਮਾੜਾ ਤਰ ਇੱਥੇ ਕਰਕੇ ਲਾਲਕ ਲੱਖ, ਅਤੇ ਇਹ ਆਹ ਦੇਖੋ ਮੰਨ ਕੇ ਚੱਲੋ ਇਹ 52 ਇੰਚ ਹੋ ਗਿਆ, 52 ਇੰਚ ਦੇਖੋ ਇੱਥੇ ਪੂਰਾ ਸਹੀ ਠੀਕ ਹੈ, ਪੂ ਛੱਡਤੀ ਆਪਾਂ ਇਹ 52 ਤੋਂ ਟੱਪਦਾ ਹੀ ਆ ਮਾੜਾ ਜਿਹਾ ਦੇਖੋ, ਚਲੋ 52 ਮੰਨ ਲਓ ਵੀ 52 ਇਹਦੀ ਲੰਬਾਈ ਆ ਠੀਕ ਹੈ, 52 ਇੰਚ ਦੀ ਲੰਬਾਈ ਹੋ ਗਈ ਬੱਕਰੀ ਦੀ ਮਤਲਬ ਕਹਿ ਸਕਦੇ ਆਪਾਂ, ਹੁਣ ਇਹ ਸਹੀ ਮੇਜ਼ਰਮੈਂਟ ਹੋ ਗਈ ਇਹਦੀ। ਤੇ ਇਹ ਤਾਂ ਹੋ ਗਈ ਮਾਸਟਰ ਜੀ ਲੰਬਾਈ ਆਪਣੀ ਹਨਾ, ਹੁਣ ਹਾਈਟ ਉਚਾਈ ਕਿਵੇਂ ਮਿਲਾਂਗੇ ਆਪਾਂ ਉਹਦੇ ਬਾਰੇ? ਇਹ ਵੀ ਮਤਲਬ ਲਵਾਈ ਤੇ ਉਚਾਈ ਇੱਕੋ ਗੱਲ ਹੀ ਆ, ਮਤਲਬ ਲਵਾਈ ਤਾਂ ਮਿਲ ਦਿੱਤੀ ਆਪਾਂ, ਹੁਣ ਉਚਾਈ ਦੇ ਵਿੱਚ ਕੀ ਹੁੰਦਾ ਬਾਈ ਜੀ, ਕਿਉਂਕਿ ਵੱਡਾ ਰੋਲ ਤੁਸੀਂ ਘੋੜਿਆਂ ਦੇ ਵਿੱਚ ਦੇਖਦੇ ਰਹਿੰਦੇ ਹੋਗੇ, ਜਦੋਂ ਘੋੜਿਆਂ ਦੇ ਕੋਈ ਲੈਣ ਜਾਂਦਾ ਘੋੜੀਆਂ ਘੋੜੇ ਉੱਥੇ ਵਾਲਾ ਕਹਿੰਦਾ ਬਾਈ ਜੀ 66 ਇੰਚਾ 65 ਇੰਚਾ ਹਨਾ, ਕਿਉਂਕਿ ਲੱਖਾਂ ਦੇ ਡੇਢ ਕਰੋੜ ਦੇ ਘੋੜੇ ਪਏ ਤੈਨੂੰ ਪਤਾ ਹੀ ਹੈ ਹਨਾ ਮਹਿੰਗਾਈ ਆ, ਤੇ ਉੱਥੇ ਬਾਈ ਜੀ ਫਿਰ ਜੇ ਫੀਤਾ ਪੇ ਲੱਗੂਗਾ ਉਹ ਫੱਟੀ ਵਾਲਾ ਫੀਤਾ ਲੱਗੂਗਾ, ਫੱਟੀ ਵਾਲਾ ਫੀਤਾ ਠੀਕ ਹੈ। ਤਾਂ ਅਸਲੀ ਜਿਹੜੀ ਤੁਹਾਡੀ ਮਤਲਬ ਲਵਾਈ ਉਚਾਈ ਹੈਗੀ ਉਹ ਫੱਟੀ ਵਾਲੇ ਮੀਤੇ ਨਾਲ ਹੀ ਫੀਤੇ ਦੇ ਨਾਲ ਹੀ ਮੇਜਰਮੈਂਟ ਸਹੀ ਹੁੰਦੀ ਹੈ ਠੀਕ ਹੈ। ਹੁਣ ਦੇਖੋ ਤੁਸੀਂ ਜਿਹੜੇ ਮੇਰੇ ਵੀਰ ਲਾਉਂਦੇ ਕਿਵੇਂ ਨੇ ਉਹ ਦੇਖ, ਐ ਲਾਉਣਗੇ ਇਹ ਆ ਲਾਤਾ ਫੀਤਾ ਆਪਾਂ, ਉਹ ਕੀ ਕਰਨਗੇ ਇੱਥੋਂ ਐ ਕਰਕੇ ਐ ਲਾਉਣਗੇ, ਹਾਂ ਆਹ ਦੇਖੋ ਹੁਣ ਇਹਨੂੰ ਆਪਾਂ 47 ਵੀ ਕਰ ਸਕਦੇ ਆ, ਆਹ ਦੇਖੋ ਹੁਣ ਇਸ ਨਾਲ 47 ਬਣ ਗਿਆ, ਆ ਦੇਖ ਲਓ ਨਾ ਜੇ ਪਾਇਆ ਲਾਵਾਂਗੇ 47 ਬਣ ਗਿਆ, ਹੁਣ ਜੋ 47 ਤੋਂ ਹੁਣ ਘਟੂਗਾ ਇਹ, ਹੁਣ ਘਟੂ ਜਦੋਂ ਆਪਾਂ ਫੱਟੀ ਵਾਲਾ ਫੀਤਾ ਲਾਵਾਂਗੇ ਫੱਟੀ ਲਾਵਾਂਗੇ, ਹਾਂ ਲਿਆਓ ਜੀ ਫੱਟੀ ਕਿਵੇਂ ਲਾਉਣੀ ਹੈ ਜੀ ਮਾਸਟਰ ਜੀ? ਦੇਖੋ ਜਿਹੜੀ ਮਤਲਬ ਜਿੱਥੇ ਤੁਹਾਨੂੰ ਸਭ ਤੋਂ ਵੱਧ ਦੀ ਹਾਈਟ ਲੱਗਦੀ ਹੈ ਜਿੱਥੇ ਮਰਜ਼ੀ ਪੂੜੇ ਤੇ ਐ ਪੂੜੇ ਤੇ ਫੱਟੀ ਕਰ ਲੈਣੀ ਹੈ ਠੀਕ ਹੈ ਠੀਕ ਆ, ਧਰ ਲਈ ਜਦੋਂ ਧਰ ਲਈ ਇਹ ਆਪਾਂ ਸਟੇਟ ਮਿਲਣਾ, ਸਿੱਧਾ ਮਿਲਣਾ ਗਾ ਉੱਥੇ ਆਪਾਂ ਆਹ ਫੱਟੀ ਨੀ ਆਹ ਪੱਟੀ ਵਿੱਚ ਮਿੰਟੀ 2-3 ਇੰਚ ਦੀ ਇਹਨੂੰ ਘਟੂਗੀ, ਹੁਣ ਦੇਖੋ ਤੁਸੀਂ ਸਾਢੇ 43 ਇੰਚ ਹਾਈਟ ਹੈ ਪੂਰੀ ਇਸ ਵਕਤ, ਸਾਢੇ 43 ਇੰਚ ਕੋਈ ਮਰਜ਼ੀ ਆ ਕੇ ਮਿਲ ਲਿਆ ਆਪਾਂ ਨੂੰ ਕੋਈ ਦਿੱਕਤ ਨੀ ਗੀ, ਮੰਨ ਲਓ 43 ਤੁਹਾਡੀ ਫੱਟੀ ਵਾਲੀ ਹੈ ਠੀਕ ਹੈ, ਤੇ ਜੇ ਆਪਾਂ ਇਹਨੂੰ ਐ ਮਿਲਾਂਗੇ ਸਾਢੇ 43 ਇੰਚ ਇਹ ਹੁਣ ਪੂਰਾ ਇਸ ਵਕਤ ਜਿਹੜਾ ਹੈਗਾ ਇਹ ਮੇਜਰਮੈਂਟ ਹੋ ਗਈ ਠੀਕ ਹੈ, ਪਰ ਜੇ ਆਪਾਂ ਇਹਨੂੰ ਪੱਟੀ ਮਿਲਾਂਗੇ ਹੁਣ ਦੇਖੋ ਇਹ 45-46 ਇੰਚ ਦਾ ਦਿਖਾਈ ਜਾਂਦਾ ਹੈ ਠੀਕ ਹੈ, ਵੀ ਫਰਕ ਪੈ ਜਾਂਦਾ ਵੀ 1.5-2 ਇੰਚ ਇਹਦੀ ਜਿਹੜੀ ਲਵਾਈ ਹੈਗੀ ਉਹ ਵੱਧ ਜਾਂਦੀ ਹੈ, ਤੇ ਉਹ ਪਾਕਿਸਤਾਨ ਚ ਮੈਨੂੰ ਲੱਗਦਾ ਮੂਹਰੋਂ ਮਿਣਦੇ ਆ ਨਾ ਹਾਈਟ, ਉਹਦੋਂ ਦੱਸ ਦਿੰਦੇ ਆਪਾਂ ਇਹ ਜੇ ਕਈ ਵਾਰ ਆਪਾਂ ਹੀ ਮਿਣਦੇ ਆ ਹਾਈਟ, ਬੱਕਰੇ ਦਾ ਮੂਹਰੋਂ ਵੀ ਜੇ ਉੱਚਾ ਹੋਊਗਾ ਤਾਂ ਉਹ ਆਟੋਮੈਟਿਕ ਵੇਟ ਚੱਕੂਗਾ ਠੀਕ ਹੈ, ਜ਼ਿਆਦਾ ਹਾਈਟ ਪਿੱਛੋਂ ਵੀ ਕਰੂਗਾ ਫੜਿਓ ਬ੍ਰੀਡਿੰਗ ਤੋਂ ਛੱਡਣਾ ਹੋਵੇ ਤਾਂ ਮੰਨ ਕੇ ਚੱਲੋ ਇਹ 43 ਇੰਚ ਆ ਮੂਹਰੋਂ ਇਹ 43 ਇੰਚ ਆ ਜੇ ਹੋਰ ਸੇਵਾ ਕਰਦੀ ਬ੍ਰੀਡਿੰਗ ਤੋਂ ਛੱਡਣਾ ਹੋਵੇ ਤਾਂ ਮੰਨ ਕੇ ਚੱਲੋ ਇਹ 45-46 ਪਲੱਸ ਹੋ ਜਾਊਗਾ ਕਿਉਂਕਿ ਜੇਕਰ ਬੱਕਰੀ ਬੱਕਰਾ ਇਹ 100 ਕੁਇੰਟਲ ਤੋਂ ਟੱਪ ਗਿਆ
ਤਾਂ 40 ਕਿਲੋ ਦੀ ਬੱਕਰੀ ਕ੍ਰੋਸ ਨਹੀਂ ਹੁੰਦੀ, ਡਿੱਗ ਪੈਂਦੀ। ਠੀਕ ਹੈ, ਤੇ ਇਸ ਲਈ ਆਪਾਂ ਨੂੰ ਇਹਦੀ ਹਾਈਟ ਤੇ ਹਾਈਟ ਬਹੁਤ ਜਾਣੀ ਆ, ਬੱਕਰੀ ਦੀ ਫੁੱਲ ਨਹੀਂ ਫੁੱਲ ਹਾਈਟ ਆ, ਪਰ ਕਹਿੰਦਾ ਭਾਵ ਕਿ ਆਪਾਂ ਡਾਇਟ ਉਹਦੇ ਅਕੋਰਡਿੰਗ ਰੱਖਦੇ ਆ ਬਰੀਡਿੰਗ ਦੇ ਲਈ, ਬਰੀਡਿੰਗ ਬੱਕਰੀਆਂ ਕ੍ਰੋਸ ਕਰਾਉਣੀਆਂ ਨੇ ਆਪਾਂ। ਅਗਲੀ ਵਾਰ ਆਪਾਂ ਕੋਈ ਨਵੀਂ ਕੋਈ ਚੀਜ਼ ਹੋਈ ਆਪਾਂ ਕਰਾਂਗੇ, ਜਿਵੇਂ ਵੇਟ ਤੇ ਵੀ ਵੀਡੀਓ ਬਣਾਵਾਂਗੇ ਆਪਾਂ, ਵੇਟ 'ਚ ਕਿਵੇਂ ਚੈੱਕ ਕਰਦੇ, ਵੇਟ ਕਿਵੇਂ ਚੈੱਕ ਕਰਦੇ ਹਾਂ। ਅਤੇ ਅੱਜ ਆਪਾਂ ਤੁਹਾਨੂੰ ਲਵਾਈ ਟਾਈ ਹੋਰ ਬੱਕਰਾ ਲਿਆਓ, ਹੋਰ ਫੜ ਕੇ ਲਿਆਓ, ਹੋਰ ਡੱਬਾ ਫੜ ਲਿਓ ਪਹਿਲਾਂ, ਵੀ ਆਪਾਂ ਹੋਰ ਬੱਕਰੇ ਵੀ ਛੱਕ ਕੱਢ ਦਿੰਦੇ ਹਾਂ। ਅਤੇ ਕਈ ਵਾਰ ਇਸ ਤਰ੍ਹਾਂ ਦਾ ਆਹ ਡੱਬਾ ਫੜ ਲਓ ਪਹਿਲਾਂ ਖੋਲੀ ਫੜੇਗਾ, ਵੀ ਇਹ ਚੀਜ਼ ਮੇਨ ਹੈਗੀ, ਕਿਉਂਕਿ ਇਸ ਚੀਜ਼ ਦਾ ਅੱਜ ਪਰਪਜ ਆਪਣਾ ਵੀਡੀਓ ਬਣਾਉਣ ਦਾ ਇਹੀ ਸੀਗਾ ਵੀ ਆਪਾਂ ਜਿਹੜੇ ਵੀਰ ਮੇਰੇ ਇਹ ਚੀਜ਼ ਵਿੱਚ ਗੁਮਰਾਹ ਹੋ ਜਾਂਦੇ ਆ ਕਈ ਵਾਰ, ਕਿਉਂਕਿ 1500 ਤੇਲ ਬਚਾ ਕੇ ਜਾਂਦਾ, ਪਰ ਉੱਥੇ ਜਾ ਕੇ ਪੰਗਾ ਕਿਹੜਾ ਪੈ ਜਾਂਦਾ। ਨੰਜਾ ਕੈਂਚਾ 49 ਇਹਦੀ ਲਵਾਈ, ਨੰਜਾ ਇੰਚ ਆ, ਠੀਕ ਆ 49। ਤੇ ਜੇਕਰ ਇਹਦੀ ਆਪਾਂ ਉਚਾਈ ਦੀ ਗੱਲ ਕਰੀਏ, ਲਾਇਓ ਵਾ ਫਟਾ, ਜੇ ਇਹਦੀ ਉਚਾਈ ਮਿਲਣੀ ਹੋਵੇ ਮਿਲਣੀ ਹੋਵੇ, ਆਹ ਦੇਖੋ ਹੁਣ ਤੁਹਾਡੇ ਸਾਹਮਣੇ ਆਪਾਂ ਇਹਦੀ ਉਹ ਆ ਵੀ ਹਾਈਟ ਆ ਵੀ ਉਹ ਮਿਲ ਦਿੰਦੇ ਹਾਂ, ਮੰਨ ਕੇ ਚੱਲੋ ਇਹ 40 ਤੋਂ ਘੱਟਦਾ ਗਾ, 40 ਤੋਂ ਘੱਟਦਾ, 40 ਤੋਂ ਘੱਟਦਾ, ਦੇਖੋ 40 ਤੋਂ ਘੱਟਦਾ ਗਾ। ਵੀ ਆਪਾਂ ਮੇਨ ਮਕਸਦ 40-42 ਦੀ ਗੱਲ ਨਹੀਂ ਹੈਗੀ, ਆਪਣਾ ਮੇਨ ਮਕਸਦ ਅੱਜ ਵੀਡੀਓ ਬਣਾਉਣ ਦਾ ਇਹ ਆ ਵੀ ਹਾਈਟ ਮਿਲਣੀ ਕਿਵੇਂ ਆ, ਠੀਕ ਹੈ, ਵੀ ਮੇਰੇ ਵੀਰਾਂ ਨੂੰ ਫੀਤਾ ਇੱਦਾਂ ਲਾਉਣਾ ਵੀ ਪੱਟੀ ਨਹੀਂ ਮਿਲਣੀ, ਜੇ ਹੁਣ ਇਹਨੂੰ ਆਪਾਂ 40 ਇੰਚ ਦਾ ਕਰਿਆ ਇਹਨੂੰ ਪੱਟੀ ਮਿਲਾਂਗੇ, ਲੈ ਆਹ ਦੇਖੋ 42-42 ਬਣ ਗਿਆ, 42-42 ਬਣ ਗਿਆ, ਠੀਕ ਹੈ, ਇਹ ਗੱਲ ਹੈ। ਇਸ ਕਰਕੇ ਉਹਦੀ ਜਿਹੜੀ ਮਤਲਬ ਆਹ ਪੂੜਾ ਗਾ ਵਿੱਚ ਮਿਲ ਲੈਂਦੇ ਮੇਰੇ ਵੀਰ ਇਹ ਚੀਜ਼ ਨੂੰ, ਠੀਕ ਹੈ, ਇਹ ਮਿਲਣਾ ਨਹੀਂ ਵਿੱਚ, ਇਹ ਨਹੀਂ ਮਿਲਣਾ, ਸਟੇਟ ਲਾਉਣਾ ਗਾ, ਤਾਂ ਇਹਦੇ ਵਿੱਚ ਤੁਸੀਂ ਕਦੇ ਵੀ ਮੇਰੇ ਮਾਰ ਨਹੀਂ ਖਾਂਦੇ, ਤੇ ਤੁਸੀਂ ਬੇਚੇ ਚ ਕੋਈ ਜਾਨਵਰ ਲੈ ਸਕਦੇ ਹੋ। ਹੁਣ ਕਿਸੇ ਵੀ ਮੇਰੇ ਹਿਸਾਬ ਨੂੰ ਮੇਰੇ ਵੀਰਾਂ ਨੂੰ ਇਹਦੇ ਵਿੱਚ ਤਾਂ ਕੋਈ ਗੱਲ ਰਹੀ ਨਹੀਂ ਵੀ ਲਵਾਈ ਕਿਵੇਂ ਮਿਲਣੀ ਹੈ ਤੇ ਉਚਾਈ ਕਿਵੇਂ ਮਿਲਣੀ ਹੈ, ਬਿਲਕੁਲ ਸਾਰਾ ਸਪਸ਼ਟ ਕਰਤਾ। ਤੇ ਵੈਸੇ ਇਹ ਵੀਡੀਓ ਬਣਾਉਣ ਦਾ ਆਪਣਾ ਮਕਸਦ ਇਹੀ ਸੀਗਾ ਵੀ ਜਿਹੜੇ ਵੀਰਾਂ ਦੇ ਨਾਲ ਇਹ ਚੀਜ਼ਾਂ ਦੇ ਵਿੱਚ ਫਰੋਡ ਹੋ ਜਾਂਦਾ ਕਈ ਵਾਰ, ਕਿਉਂਕਿ ਬਾਹਰਲੇ ਸਟੇਟਾਂ ਦੇ ਨਾਲ ਜ਼ਿਆਦਾ ਹੁੰਦਾ, ਜਦੋਂ ਇੱਥੋਂ ਜਾਨਵਰ ਭੇਜਦੇ ਆ ਉਹ ਮੇਰੇ ਵੀਰ ਵਿਸ਼ਵਾਸ ਕਰ ਲੈਂਦੇ ਆਪਣੇ ਤੇ, ਠੀਕ ਹੈ, ਵੀ ਬਾਈ ਜੀ ਜਾਂ ਮੇਰੇ ਨਾਲ ਮਾਸਟਰ ਜੀ ਐਂ ਕਰਕੇ ਸਾਨੂੰ ਵੀ 5 ਬੱਕਰੇ ਚਾਹੀਦੇ ਆ, 42-42 ਇੰਚ ਦੇ, 2 ਦੰਦ ਦੇ ਦਿਓ ਜਾਂ 4 ਦੰਦ ਦੇ ਦਿਓ, ਤਾਂ ਫਿਰ ਜੇਕਰ ਉੱਥੇ ਆਹ ਫੀਤਾ ਮਾਰ ਕੇ ਵੀਡੀਓ ਪਾਵਾਂਗੇ ਉਹਨਾਂ ਨੂੰ ਆਪਾਂ, ਉਹ ਬਿਲਕੁਲ ਯਕੀਨ ਕਰਨਗੇ ਵੀ ਹਾਂ ਯਾਰ ਬਾਕੀ ਸਹੀ ਹੈ, ਠੀਕ ਆ। ਹੁਣ ਜੇ ਕਿਤੋਂ ਵੀ ਖਰੀਦਣਾ ਤਾਂ ਤੁਸੀਂ ਕਹੋ ਬਈ ਸਾਨੂੰ ਤਾਂ ਆਹ ਫੀਤੇ ਨਾਲ, ਸਾਨੂੰ ਆਹ ਫੀਤਾ ਦਿਓ, ਆਹ ਮੇਜਰਮੈਂਟ ਨਾਲ ਮਿਣਕੇ ਦਿਓ ਤੇ ਇਦਾਂ ਮਿਣਕੇ ਦਿਓ ਫੱਟੀ ਤਰਕੇ, ਕੋਈ ਚੱਕਰ ਨਹੀਂ, ਉਹ ਪੰਜੀ 43-41 ਹੋ ਜੇ ਕੋਈ ਦਿੱਕਤ ਨਹੀਂ, ਕੋਈ ਦਿੱਕਤ ਨਹੀਂ, ਕੋਈ ਦਿੱਕਤ ਨਹੀਂ ਹੈਗੀ, ਤਾਂ ਤੁਹਾਨੂੰ ਜਿਹੜੀ ਮੇਜਰਮੈਂਟ ਸਹੀ ਮਿਲੂਗੀ ਉਹਨੂੰ ਆਹ ਨੂੰ ਪਤਾ ਲੱਗਦੀ ਹਾਈਟ ਇੰਨੀ ਆ ਤੇ ਉਹਦਾ ਵੇਟ ਇੰਨਾ ਗਾ, ਦੋਵੇਂ ਗੱਲਾਂ ਪੁੱਛਦੇ ਕੀ ਨੇ, ਵੇਟ ਪੁੱਛਦੇ ਨੇ, ਵੇਟ ਪੁੱਛਦੇ, ਹਾਈਟ ਪੁੱਛਦੇ ਤੇ ਦੰਦ ਪੁੱਛਦੇ ਨੇ, ਦੰਦ ਪੁੱਛਦੇ, ਇਹ 2-3 ਐਟਾ ਪੁੱਛਦੇ ਨੇ, ਉਹ ਫਿਰ ਉਦੋਂ ਬਾਅਦ ਮੁੱਲ ਲਾ ਲੈਂਦੇ ਨੇ ਆਪਦੇ ਸਾਰਾ ਵੀ ਸਾਡੇ ਇੰਨੇ ਕਿਦਾਂ ਹੀ ਬਣਦਾ ਚੀਜ਼, ਠੀਕ ਹੈ, ਜਦੋਂ ਉਹਨਾਂ ਨੇ ਮਤਲਬ ਖੱਸੀ ਬੱਕਰੇ ਕੰਮ ਕਰਨਾ ਉਹਦਾ ਵੇਟ ਪੁੱਛਣਗੇ ਉਹ ਤੇ ਉਹਦਾ ਮਤਲਬ ਦੰਦ ਪੁੱਛਣਗੇ ਤੇ ਉਹਦੀ ਲੰਬਾਈ ਲੰਬਾਈ ਪੁੱਛਣਗੇ, ਹਾਂ ਇਹ ਚੀਜ਼ਾਂ ਦੇ ਨਾਲ ਫਿਰ ਉਹ ਮਤਲਬ ਮੁੱਲ ਆ ਜਿਹੜਾ ਉਹ ਦੂਜਿਆਂ ਦੇ ਨਾਲ 5-7 ਹਜ਼ਾਰ ਵੱਧ ਲਾ ਦਿੰਦੇ ਨੇ ਜਿਹਨੂੰ ਜੱਸ ਗਿਆ, ਠੀਕ ਹੈ। ਤੇ ਮਾਸਟਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਜਾਣਕਾਰੀ ਦੇਣ ਲਈ, ਸ਼ੁਕਰੀਆ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ, ਛੱਡ ਦੀ।